ਨਾਭਾ ਦੇ ਇੰਪਰੂਵਮੈਂਟ ਟਰੱਸਟ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਰਬਜੀਤ ਸਿੰਘ ਧਰਮਸੋਤ ਦੇ ਵੱਲੋਂ ਇੰਪਰੂਵਮੈਂਟ ਟਰੱਸਟ ਦੇ 6 ਮੈਂਬਰਾਂ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਖੰਨਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਕੁਮਾਰ ਸ਼ੈਟੀ ਵੀ ਮੌਜੂਦ ਰਹੇ। ਧਰਮਸੋਤ ਨੇ ਕਿਹਾ ਕਿ ਚੇਅਰਮੈਨ ਦੇ ਨਾਲ 6 ਮੈਂਬਰਾਂ ਨੂੰ ਨਿਯੁਕਤ ਹੋਣ ਤੇ ਹੁਣ ਜੋ ਇੰਪਰੂਵਮੈਂਟ ਟਰੱਸਟ ਦੇ ਰਹਿੰਦੇ ਕੰਮ ਸੀ ਉਹਨਾਂ ਵਿੱਚ ਤੇਜ਼ੀ ਆਵੇਗੀ ਅਤੇ ਕੰਮ ਨੂੰ ਛੇਤੀ ਹੀ ਨੇਪਰੇ ਚਾੜਿਆ ਜਾਵੇਗਾ। ਇਸ ਮੌਕੇ ਧਰਮਸੋਤ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਕਰੀਬ 66,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਟੀਚਾ ਰੱਖਿਆ ਗਿਆ ਹੈ, ਅਸੀਂ ਪਹਿਲਾਂ ਹੀ ਕੱਚੇ ਮੁਲਾਜ਼ਮਾਂ ਦਾ ਸਤਿਕਾਰ ਕਰਦੇ ਹਾਂ। ਬਿਲਕੁਲ ਠੀਕ ਹੈ, ਅੱਜ 6 ਨਵੇਂ ਮੈਂਬਰਾਂ ਨੇ ਆਪਣਾ ਅਹੁਦਾ ਸੰਭਾਲਿਆ। ਪਹਿਲਾਂ ਚੇਅਰਮੈਨ ਸਾਹਿਬ ਖੰਨਾ ਜੀ ਸੀ, ਨਾਲ ਇਹਨਾਂ ਦੇ ਸਰਕਾਰ ਨੇ, ਪੰਜਾਬ ਸਰਕਾਰ ਨੇ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹਨਾਂ ਨੂੰ 6 ਮੈਂਬਰਾਂ ਨੂੰ ਹੋਰ ਨਵੋਂ ਅਪੁਆਇੰਟ ਕਰਕੇ ਅੱਜ ਇਹਨਾਂ ਨੇ ਜੁਆਇਨ ਕੀਤਾ। ਇਹਨਾਂ ਨੂੰ ਮੈਂ ਵਧਾਈ ਵੀ ਦੇਣੀ ਚਾਹੁੰਦਾ ਔਰ ਆਸ ਕਰਦਾ ਕਿ ਜਿਹੜੇ ਚੱਲਦੇ ਕੰਮ ਨੇ ਇੰਪਰੂਵਮੈਂਟ ਟਰੱਸਟ ਦੇ, ਜਿਹੜੇ 40 ਸਾਲ 50 ਸਾਲ 'ਚੋਂ ਕਦੇ ਕੋਈ ਕਿਸੇ ਨੇ ਛੇੜ ਕੇ ਵੀ ਨਹੀਂ ਦੇਖਿਆ ਸੀ। ਇੰਪਰੂਵਮੈਂਟ ਟਰੱਸਟ ਪਹਿਲਾਂ ਵੀ ਇੱਥੇ ਬਣਿਆ ਸੀ, ਕੁਛ ਨਹੀਂ ਹੋਇਆ ਔਰ ਖੰਨਾ ਜੀ ਨੇ ਜਿੱਦਣ ਤਾਂ ਸੰਭਾਲਿਆ। ਮਿਊਂਸੀਪਲ ਕਮੇਟੀ ਅਤੇ ਇੰਪਰੂਵਮੈਂਟ ਟਰੱਸਟ ਨੇ ਇਕੱਠਿਆਂ ਰਲ ਕੇ ਜੋ ਇਹ ਪਲਾਂਘਾਂ ਪੱਟੀਆਂ ਨੇ ਉਹਨੂੰ ਹੋਰ ਵੀ ਤੇਜ਼ੀ ਆਏਗੀ ਕੰਮ ਦੇ ਵਿੱਚ। ਮੈਂ ਆਸ ਕਰਦਾ ਕਿ ਮੈਂਬਰਾਂ ਤੋਂ ਜਿੱਥੇ ਉਹਨਾਂ ਨੂੰ ਵਧਾਈ ਦਿੰਦਾ, ਇਹ ਵੀ ਆਸ ਕਰਦਾ ਕਿ ਤਕੜੇ ਹੋ ਕੇ, ਜਿਵੇਂ ਬਹੁਤ ਵੱਡਾ ਪ੍ਰੋਜੈਕਟ ਹੈ ਮਾਂ ਚਿੰਤਪੁਰਨੀ ਕੰਪਲੈਕਸ, ਸ਼ੋਪਿੰਗ ਕੰਪਲੈਕਸ, ਜਿੱਥੇ ਸਾਡੀਆਂ ਬੇਟੀਆਂ, ਜਵਾਨ, ਬੱਚੇ, ਬਜ਼ੁਰਗ ਜਿਹੜੇ ਜਿਵੇਂ ਪਟਿਆਲੇ ਜਾਂਦੇ ਨੇ ਜਾਂ ਕੋਈ ਹੋਰ ਕਿਤੇ ਜਾਂਦੇ ਨੇ, ਵੱਡੇ ਸ਼ਹਿਰਾਂ ਵਰਗੀ ਦਿੱਖ ਹੋਏਗੀ, ਚੰਡੀਗੜ੍ਹ ਵਰਗੀ ਇਸ ਕੰਪਲੈਕਸ ਦੀ ਦਿੱਖ ਹੋਏਗੀ ਔਰ ਬੜਾ ਵਧੀਆ ਸ਼ਹਿਰ ਦੇ ਵਿੱਚ ਕੰਪਲੈਕਸ ਬਣੇਗਾ ਅਤੇ ਬਹੁਤ ਵਧੀਆ ਹੋਏਗਾ, ਇੱਕ ਦਿੱਖ ਬਣੇਗੀ। ਕਾਂਗਰਸ ਵੱਲੋਂ ਵੀ ਵੱਡਾ ਉਦਮ ਕੀਤਾ ਗਿਆ ਜਦੋਂ ਕਿ ਖੰਡਰੇ ਪਿਆ ਸੀ ਸਾਰੀ ਏਰੀਆ। ਬਿਲਕੁਲ, ਮੈਨੂੰ ਤਾਂ ਲੱਗਦਾ ਜਦੋਂ ਮੈਂ ਇੱਥੇ ਆ ਕੇ ਸੰਭਾਲਿਆ ਨਾਭਾ ਹੀ ਖੰਡਰ ਲੱਗਦਾ ਸੀ। ਬਾਕੀ ਗੁਰੂ ਮਹਾਰਾਜ ਦੀ ਕਿਰਪਾ, ਤੁਸੀਂ ਦੱਸ ਦਿਓ ਆਪਣੇ ਦਿਲ ਨਾਲ, ਜਿਹੜੇ ਅੱਜ ਲੋਕ ਨਾ ਆਹ ਗਲਾਸ ਦਾ ਪਾਣੀ ਡੋਲ ਕੇ ਵੀ ਕਹਿੰਦੇ ਨੇ ਆਹ ਹੋ ਗਿਆ ਜੀ, ਜਦੋਂ ਸਾਰੇ ਨਾਭੇ 'ਚ ਬੌੜਾਂ ਗੇਟ ਤੋਂ ਲੈ ਕੇ ਹੋਰ ਤੋਂ ਲੈ ਕੇ ਲੋਕ ਪੰਜਾਬੀ ਟੰਗ ਕੇ ਲੰਘਦੇ ਹੁੰਦੇ ਸੀ, ਬਿਨਾਂ ਬਰਸਾਤ ਤੋਂ ਪਾਣੀ ਪਾਣੀ ਖੜ੍ਹਾ ਹੁੰਦਾ ਸੀ, ਨਾਲਿਆਂ ਦਾ ਓਵਰ ਫਲੋ ਹੁੰਦਾ ਸੀ, ਉਦੋਂ ਲੋਕ ਗਿੱਜ ਗਏ ਸੀ। ਹੁਣ 90% ਕੰਮ ਹੋ ਗਿਆ, ਉਹ ਜਿਹੜਾ 10 ਪੈਸੇ ਰਹਿੰਦੇ ਥੋੜ੍ਹੇ ਜ਼ਿਆਦਾ ਨਾ ਦਾਲ 'ਚ ਕੁੜਕੜੂ, ਜਿਵੇਂ ਜਿਹੜਾ ਬੰਦਾ ਰੋਡ 'ਚ ਬਣਨ ਵਾਲਾ ਨਾ ਉਹ ਦਾਲ 'ਚ ਕੁੜਕੜੂ ਕਹਿੰਦਾ ਬਹੁਤ ਮਾੜਾ ਹੋ ਗਿਆ, ਊਂ ਰੋਡ 'ਚ ਉੱਬੀ ਜਾਂਦਾ ਸੀ। ਇਸ ਕਰਕੇ ਉਦੋਂ ਸੁਭਾਅ ਬਣ ਗਿਆ ਸੀ, ਠੀਕ ਹੈ ਲੋਕਾਂ ਦੀ ਹੈਗੀ, ਜਿਹੜਾ 10 ਪੈਸੇ ਰਹਿ ਗਿਆ ਕੰਮ ਪੂਰੇ ਜ਼ੋਰਾਂ 'ਤੇ। ਆ ਜਿਹੜਾ ਅਸੀਂ ਗ੍ਰਿੱਡ ਚੌਂਕ ਵਾਲਾ 6.5 ਕਰੋੜ ਰੁਪਏ ਦਾ ਕੰਮ, ਖਾਲਾ ਜੀ ਦਾ ਵਾੜਾ ਨਹੀਂ ਕਹਿਣਾ, ਮਨਜ਼ੂਰ ਕਰਾਉਣਾ, ਉਹਨੂੰ ਪ੍ਰੋਸੈਸ 'ਚ ਲਿਆਉਣਾ, ਇਹ ਟਾਈਮ ਲੱਗਦਾ ਔਰ ਲੱਗ ਕੇ ਅੱਜ ਸ਼ੁਰੂ ਹੋਇਆ, ਜ਼ੋਰਾਂ 'ਤੇ ਚੱਲ ਰਿਹਾ। ਕੋਈ ਵੀ ਕੰਮ ਨਹੀਂ, ਟ੍ਰੀਟਮੈਂਟ ਪਲਾਂਟ 20 ਕਰੋੜ ਰੁਪਏ ਦਾ ਉਹ ਚੱਲ ਰਿਹਾ, ਹੋਰ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ ਕਿਸੇ ਨਾਭੇ ਦੀ ਗਲੀ ਕੱਚੀ ਨਜ਼ਰ ਨਹੀਂ ਆਏਗਾ, ਪਾਣੀ ਦੀ ਕੋਈ ਸਮੱਸਿਆ ਨਹੀਂ ਰਹੇਗੀ। ਇਹੀ ਗੱਲਾਂ ਹੁੰਦੀਆਂ ਨੇ, ਲਾਈਟਾਂ ਅਸੀਂ ਨਵੀਆਂ ਲਵਾ ਕੇ ਦਿੱਤੀਆਂ। ਇਹ ਇਲੈਕਸ਼ਨ 'ਚ ਅਸੀਂ ਮਿਊਂਸੀਪਲਟੀ 'ਚ ਕਿਹਾ ਕਿ ਲਾਈਟਾਂ ਆਉਂਦੇ ਸਾਰ ਹੀ ਲੱਗਣ ਲੱਗ ਜਾਣਗੀਆਂ, ਲੋਕ ਮਖੌਲ ਕਰਦੇ ਸੀ ਉਹੀ ਗੱਲਾਂ ਕਰਦੇ ਨੇ, ਇਲੈਕਸ਼ਨ ਹੋ ਕੇ ਹਟੀ ਨਹੀਂ, ਨਾਲ ਦੀ ਨਾਲ ਉਹ ਲਾਈਟਾਂ ਸਾਰੇ ਸ਼ਹਿਰ ਦੇ ਵਿੱਚ ਗਲੀ ਗਲੀ ਮਹੱਲੇ ਮਹੱਲੇ ਵਧੀਆ ਲਾਈਟਾਂ ਲੱਗੀਆਂ ਨੇ। ਫਿਰ ਅਸੀਂ ਨਾਭੇ ਦੇ ਲੋਕਾਂ ਦਾ ਆਸ਼ੀਰਵਾਦ ਆ ਮੇਰੇ 'ਤੇ ਔਰ ਮਹਾਰਾਜਾ ਹੀਰਾ ਸਿੰਘ ਜਿਨ੍ਹਾਂ ਦੀਆਂ ਸੁੱਖਾਂ ਵਾਰਾਂ ਹੁੰਦੀਆਂ ਨੇ, ਰੱਬਾ ਮੇਰਾ ਤਾਂ ਅਰਦਾਸ ਹੈ ਕਿ ਇਸ ਨਾਭੇ ਨੂੰ ਇੰਨਾ ਸੋਹਣਾ ਬਣਾ ਦਿਆਂ, ਇੰਨਾ ਸੋਹਣਾ ਬਣਾ ਦਿਆਂ ਕਿ ਮੈਂ ਕਦੇ ਥੱਕਾਂ ਨਾ, ਇਹਨੂੰ ਸੋਹਣੇ ਬਣਾਏ ਨੂੰ ਵੀ ਹੋਰ ਸੋਹਣਾ ਬਣਾਉਣ ਅਤੇ ਚਮਕਾਉਣ 'ਤੇ ਮੇਰੀ ਜ਼ਿੰਦਗੀ ਦਾ ਆਖਰਾ ਸਵਾਸ ਵੀ ਭਾਵੇਂ ਲੱਗ ਜਾਏ ਇੱਥੇ ਲੱਗਿਆ ਰਹਾ। ਜਿਹੜੇ ਮੁਲਾਜ਼ਮ 'ਤੇ ਲਗਾਤਾਰ ਧਰਨੇ ਦੇ ਰਹੇ ਨੇ, ਅੱਜ ਕੈਬਨਿਟ 'ਚ ਫੈਸਲਾ ਹੋ ਰਿਹਾ 66,000 ਮੁਲਾਜ਼ਮ ਜਿਹੜੇ ਕੱਚੇ ਨੇ ਉਹਨੂੰ ਪੱਕਾ ਕਰਨ ਦੀ ਜਿਹੜੀ ਹੈ, ਇਹ ਕੈਬਨਿਟ ਦਾ ਮੈਂ ਫੈਸਲਾ ਤੁਹਾਨੂੰ ਦੱਸ ਨਹੀਂ ਸਕਦਾ ਕੀ ਹੋਏਗਾ, ਪਰ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਹਾਂ। ਮੁਲਾਜ਼ਮ ਸਾਡੇ ਭਰਾ ਨੇ, ਸਾਡੀਆਂ ਭੈਣਾਂ ਨੇ, ਸਾਡੇ ਭਰਾ ਨੇ, ਉਹਨਾਂ ਬਗੈਰ ਕੰਮ ਖੜ੍ਹਾ। ਫਿਰ ਮੇਰੀ ਬੇਨਤੀ ਵੀ ਹੈ, ਕੰਮ ਰੋਕਣਾ ਵੀ ਕੋਈ ਜਾਇਜ਼ ਗੱਲ ਨਹੀਂ ਹੈ, ਅਸੀਂ ਉਹਨਾਂ ਦੀ ਮਦਦ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਉਹਨਾਂ ਦੀ ਮਦਦ ਕਰਨੀ ਹੈ, ਜੈਨੂਨ ਮਦਦ ਕਰਨੀ ਹੈ, ਜ਼ਰੂਰ ਕਰਾਂਗੇ, ਪਰ ਜਿਹੜਾ ਕੰਮ ਸਫ਼ਰ ਕਰ ਰਿਹਾ ਹੈ ਉਹਦੇ 'ਚ ਬਹੁਤ ਪੰਜਾਬ ਪਿੱਛੇ ਚਲੇ ਗਿਆ, ਸਾਡੀ ਡਿਵੈਲਪਮੈਂਟ ਪਿੱਛੇ ਚਲੀ ਗਈ। ਜਿਹੜੇ ਲੋਕ ਕੰਮ ਸਾਲ 'ਚ ਆਉਣੇ 10 ਦਿਨ 'ਚ ਆਉਣੇ ਸੀ, ਉਹ ਸਾਲੋ ਸਾਲ ਪਿੱਛੇ ਪੈ ਗਏ। ਇਹ ਵੀ ਮੇਰੀ ਬੇਨਤੀ ਹੈ, ਸਰਕਾਰ ਤੁਹਾਡੇ ਨਾਲ ਖੜ੍ਹੀ ਆ, ਤੁਹਾਡੀਆਂ ਮੰਗਾਂ ਅਸੀਂ ਜੋ ਜਾਇਜ਼ ਮੰਗਾਂ ਨੇ ਜ਼ਰੂਰ ਮੰਨਾਂਗੇ। इस मौके नाभा इंपरूवमेंट ट्रस्ट के चेयरमैन अमरदीप सिंह खन्ना और नाभा नगर कौंसल प्रधान रजनीश मित्तल सैटी ने कहा कि जो पिछले 20 सालों तो इंपरूवमेंट ट्रस्ट का मसला लटकता रहा है, वह मंत्री के आशीर्वाद सदका बहुत ही जल्द पूरा होने जा रहा है, जो एक बड़ा कंपलैक्स बन के लोगों के सपुरद किया जाएगा। जिवें मंत्री जी ने रिकमेंड किया, 6 मैंबर बड़े वैल एजुकेटेड साढ़े नवे आए हैं, असं इंपरूवमेंट ट्रस्ट नाभा वालों जी आए आ रहे हैं।
ਸਾਨੂੰ ਤਾਂ ਬਲਕਿ ਜਿਵੇਂ ਕਹਿੰਦੇ ਇੱਕ ਇਕੱਲਾ ਦੋ ਗਿਆਰਾਂ ਸਾਨੂੰ ਤਾਂ ਅੱਜ ਬੜਾ ਹੌਸਲਾ ਮਿਲਿਆ ਵੀ ਮੰਤਰੀ ਜੀ ਨੇ ਸਾਡੇ ਰਜੀਸ਼ ਕੁਮਾਰ ਮਿੱਤਲ ਸ਼ੈਂਟੀ ਜੀ ਨੇ ਰਿਕਮੈਂਡੇਸ਼ਨ ਦੇ 6 ਮੈਂਬਰ ਆਏ ਨੇ ਜਿਹੜੇ ਮੇਰੇ ਪ੍ਰੋਜੈਕਟ ਚੱਲਣ ਵਾਲੇ ਨੇ। ਮੈਨੂੰ ਉਮੀਦ ਹੈ ਵੀ ਇਹ ਮੇਰੇ ਨਾਲ ਰਲ ਮਿਲ ਕੇ ਮੋਢਾ ਮੋਢਾ ਲਾ ਕੇ ਕੰਮ ਕਰ ਰਹੇ ਅਤੇ ਅਸੀਂ ਇੱਥੇ ਨੇੜੇ ਪਟਿਆਲਾ ਗੇਟ ਅਸੀਂ ਇੱਕ ਪਟਵਾਰ ਖੰਨਾ ਜੋ ਨਗਰ ਕੌਂਸਲ ਦੀ ਤੋਂ ਲਿਆ ਸਰਦਾਰ ਸਾਧੂ ਸਿੰਘ ਜੀ ਦੀ ਮਿਹਨਤ ਦਾ ਸਦਕਾ ਜਿਹੜਾ ਪਿਛਲੇ 18-20 ਸਾਲ ਤੋਂ ਪ੍ਰੋਜੈਕਟ ਫਾਈਲਾਂ ਦੇ ਵਿੱਚ ਪਿਆ ਸੀ। ਜਿਵੇਂ ਮੰਤਰੀ ਜੀ ਨੂੰ ਮੈਂ ਦੱਸਿਆ ਅਤੇ ਮੰਤਰੀ ਜੀ ਨੇ ਮਿਹਨਤ ਕੀਤੀ, ਸਾਡੇ ਮਿੱਤਲ ਸਾਹਿਬ ਨੇ ਮਿਹਨਤ ਕੀਤੀ, ਅੱਜ ਉਹ ਸਾਰਾ ਸਾਡਾ ਨਗਰ ਕੌਂਸਲ ਨੇ ਸਾਨੂੰ ਦਿੱਤਾ। ਅਸੀਂ ਬੜੀ ਜਲਦੀ ਡਿਮੋਲਿਸ਼ ਕਰਾ ਕੇ ਉੱਥੇ ਜਿਵੇਂ ਮੰਤਰੀ ਜੀ ਅਤੇ ਸ਼ੈਂਟੀ ਜੀ ਦਾ ਹੁਕਮ ਹੋਇਆ ਅਸੀਂ ਉਹਦਾ 9 ਮਾਰਚ ਚਿੰਤਪੂਰਨੀ ਸ਼ੋਪਿੰਗ ਕੰਪਲੈਕਸ ਰੱਖਿਆ। ਬੜੀ ਜਲਦੀ ਇਹ ਸ਼ੁਰੂ ਹੋ ਰਿਹਾ ਔਰ ਮਾਲਕ ਕਿਰਪਾ ਕਰੂ, ਮਹਾਮਾਈ ਚਿੰਤਪੂਰਨੀ ਕਿਰਪਾ ਕਰੂ, 31/12/2021 ਤੋਂ ਪਹਿਲਾਂ ਅਸੀਂ ਲੋਕਾਂ ਨੂੰ ਇਹ ਵੇਚ ਵੀ ਦੇਣਾ। ਉਹਦੇ 'ਚ ਕੀ ਹੈ, 4 ਸਾਲ 'ਚ ਲੋਕਾਂ ਨੇ ਸਾਨੂੰ ਪੈਸੇ ਦੇਣੇ ਜੀ, 55% ਅਸੀਂ ਪਾਰਕਿੰਗ ਛੱਡੀ ਹੈ, 45% ਅਸੀਂ ਉੱਥੇ ਜਿਹੜਾ ਹੈਗਾ ਕਵਰ ਕਰਾਂਗੇ ਔਰ ਵਿੱਚ ਸੀਵਰੇਜ ਪਾਣੀ ਲਾਈਟਾਂ ਦਾ ਪ੍ਰਬੰਧ ਬੜੀ ਜਲਦੀ ਦਿਨ ਰਾਤ ਲਾ ਕੇ ਅਸੀਂ ਸ਼ੁਰੂ ਕਰ ਰਹੇ ਹਾਂ। ਇਹ ਸਾਨੇ ਦੋ ਤਰ੍ਹਾਂ ਦੇ ਸ਼ੋਰੂਮ ਕੱਟੇ ਜੀ, ਇੱਕ ਤਾਂ 15/50 ਨੇ ਜੀ, ਇੱਕ ਮੂਹਰੇ ਵੜਦਾ ਸਰ ਸੱਜੇ ਖੱਬੇ 11/11/31 ਦਾ ਕੱਟਿਆ ਅਤੇ 55% ਪਾਰਕਿੰਗ ਹੈ। ਉਹ 'ਚ ਅਸੀਂ ਬਾਥਰੂਮ ਵੀ ਬਣਾ ਰਹੇ ਹਾਂ ਜੀ, ਸੜਕ ਵੀ ਬਣਾ ਰਹੇ ਹਾਂ, ਲਾਈਟਾਂ ਦਾ ਪ੍ਰਬੰਧ ਕਰ ਰਹੇ ਹਾਂ। ਜਿਹੜੀ ਦਿਨ ਰਾਤ ਹੁਣ ਕੰਮ ਚੱਲਣਾ ਜਿਵੇਂ ਮੰਤਰੀ ਦਾ ਹੁਕਮ ਹੋਇਆ ਅਸੀਂ ਬੜੀ ਜਲਦੀ ਸ਼ੁਰੂ ਕਰਕੇ ਉੱਥੇ ਮੰਤਰੀ ਜੀ ਨੇ CM ਸਾਹਿਬ ਜਾਂ ਮਹਾਰਾਣੀ ਜੀ ਮੰਤਰੀ ਕਹਿੰਦੇ ਲੈ ਕੇ ਉਦਘਾਟਨ ਕਰਾਊਂਗਾ ਮੈਂ, ਜਿਹਦਾ 9 ਅਸੀਂ ਰੱਖਿਆ ਸਰਕਾਰੀ ਤੌਰ 'ਤੇ ਮਾਂ ਚਿੰਤਪੂਰਨੀ ਸ਼ੋਪਿੰਗ ਕੰਪਲੈਕਸ। ਇਹ ਜਿਵੇਂ ਪ੍ਰਧਾਨ ਜੀ ਨੇ ਅਤੇ ਮੰਤਰੀ ਜੀ ਦਾ ਹੁਕਮ ਹੈ ਉਵੇਂ ਸਾਰਾ ਕੰਮ ਅਸੀਂ ਸਿਰੇ ਲਾਉ। ਇਹ 20 ਸਾਲਾਂ ਤੋਂ ਪ੍ਰੋਜੈਕਟ ਜਿਹੜਾ 18-20 ਸਾਲ ਤੋਂ ਲਮਕਦਾ ਆ ਰਿਹਾ ਸੀ ਜੀ, ਪਰ ਹੁਣ ਬੜੀ 1.5 ਸਾਲ ਦੀ ਸਟਰਗਲ ਤੋਂ ਬਾਅਦ ਅਸੀਂ ਇਹ ਸਾਰਾ ਨਗਰ ਕੌਂਸਲ ਨੇ ਸਾਨੂੰ ਦਿੱਤਾ, ਟੇਕ ਓਵਰ ਅਸੀਂ ਕਰ ਲਿਆ ਅਤੇ ਬੜੀ ਜਲਦੀ ਜਿਹਦੇ 'ਚ 13-14 ਬੰਦੇ ਵਿੱਚ ਰਹਿ ਰਹੇ ਸੀ ਉਹ ਮੰਤਰੀ ਜੀ ਦੀ ਮਿਹਨਤ ਦਾ ਸਦਕਾ ਸਾਰੇ ਇੱਕ ਦੂਜੇ ਥਾਂ 'ਤੇ ਐਡਜਸਟ ਕਰਕੇ ਟੋਟਲੀ ਸਾਡੇ ਕੋਲ ਖਾਲੀ ਹੋ ਗਿਆ, ਕਬਜ਼ਾ ਮਿਲ ਗਿਆ। ਅਤੇ ਅੱਜ ਸਾਡੇ ਸਰਦਾਰ ਸਾਧ ਸਿੰਘ ਧਰਮਸੋਤ ਜੀ ਕੈਬਨਿਟ ਮੰਤਰੀ ਪੰਜਾਬ, ਉਹਨਾਂ ਦੀ ਰਹਿਨਮਾਈ ਹੇਠ ਸਾਡੇ ਅਮਰਦੀਪ ਖੰਨਾ ਜੀ ਇੰਪਰੂਵਮੈਂਟ ਟਰੱਸਟ ਚੇਅਰਮੈਨ, ਅਤੇ ਇਹਨਾਂ ਦੇ ਅੱਜ 6 ਮੈਂਬਰ ਲਗਾਏ ਨੇ ਜਿਹ 'ਚੋਂ ਸਾਡੇ 3 ਮਿਊਂਸੀਪਲ ਕੌਂਸਲਰ ਨੇ ਅਤੇ 3 ਸਾਡੇ ਕਾਂਗਰਸ ਦੇ ਰੀੜ੍ਹ ਦੀ ਹੱਡੀ ਵਰਕਰ ਸਾਹਿਬਾਨ ਨੇ। ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ ਅਤੇ ਕਾਂਗਰਸ ਪਾਰਟੀ ਵੱਲੋਂ ਸਰਦਾਰ ਸਾਧ ਸਿੰਘ ਧਰਮਸੋਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਖੰਨਾ ਜੀ ਨੂੰ ਵਧਾਈ ਦਿੰਦਾ ਕਿ ਜੋ ਇਹਨਾਂ ਦੇ ਕੰਮ ਨੇਗੇ ਉਹ ਬੜੀ ਜਲਦੀ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ 1.5 ਸਾਲ ਦੇ ਵਿੱਚ, ਉਹ ਆ ਹੋਰ 6 ਮੈਂਬਰਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਮਿਹਨਤ ਕਰਕੇ ਜੋ ਸਾਡਾ ਇੱਕ ਪ੍ਰੋਜੈਕਟ ਸ਼ੁਰੂ ਕਰ ਰਿਹਾ, ਜੋ ਨਗਰ ਕੌਂਸਲ ਦੀ ਅਸੀਂ ਮਲਕੀਤ ਸੀ ਉਹ ਇਹਨਾਂ ਨੂੰ ਹੈਂਡ ਓਵਰ ਕੀਤੀ ਹੈ ਆਪਣੀ ਟਰਮਸ ਉੱਪਰ, ਮਾਂ ਚਿੰਤਪੂਰਨੀ ਸ਼ੋਪਿੰਗ ਕੰਪਲੈਕਸ ਬੜੀ ਜਲਦੀ ਬਣ ਕੇ ਤਿਆਰ ਹੋਣਾ ਜੋ ਨਾਭੇ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਾਉ। ਇਸ ਮੌਕੇ ਇੰਪਰੂਵ ਟਰੱਸਟ ਦੇ ਨਵ ਨਿਯੁਕਤ ਮੈਂਬਰ ਪ੍ਰਮੋਦ ਜਿੰਦਲ, ਭੋਲਾ ਰਾਮ ਅਤੇ ਧਰਮਪਾਲ ਮਿੱਤਲ ਨੇ ਕਿਹਾ ਕਿ ਅਸੀਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ, ਜੋ ਇੰਪਰੂਵਮੈਂਟ ਟਰੱਸਟ ਵੱਲੋਂ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਅਸੀਂ ਉਸਨੂੰ ਤਨਦੇਹੀ ਦੇ ਨਾਲ ਨਿਭਾਵਾਂਗੇ ਅਤੇ ਇੰਪਰੂਵਮੈਂਟ ਟਰੱਸਟ ਦੇ ਅਧੂਰੇ ਰਹਿੰਦੇ ਕੰਮਾਂ ਨੂੰ ਜਲਦ ਹੀ ਨੇਪਰੇ ਚਾੜਿਆ ਜਾਵੇਗਾ। ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਸਾਡੇ ਕੈਬਨਿਟ ਮੁਜੀਰ ਸਰਦਾਰ ਸਾਧੂ ਸਿੰਘ ਜੀ ਧਰਮਸੋਤ, ਉਹਨਾਂ ਦੇ ਨਾਲ ਸਰਦਾਰ ਪ੍ਰਧਾਨ ਜੀ ਸਾਡੇ ਰਜਨੀਸ਼ ਸ਼ੈਂਟੀ ਜੀ ਅਤੇ ਚਰਨਜੀਤ ਬਾਤੇ ਜੀ, ਜਿਨ੍ਹਾਂ ਨੇ ਮੈਨੂੰ ਇਲੈਕਸ਼ਨ ਦੇ ਵਿੱਚ ਵਾਅਦਾ ਕਰਿਆ ਸੀ ਵੀ ਤੁਸੀਂ ਸਾਡੀਆਂ 2-3 ਸੀਟਾਂ 'ਤੇ ਸਾਡੀ ਮਦਦ ਕਰੋ ਤਾਂ ਅਸੀਂ ਤੁਹਾਡਾ ਜੋ ਵੀ ਮੇਰਾ TMC ਦੀ ਇਲੈਕਸ਼ਨ ਨਾਲ ਲੜਨ ਕਰਕੇ ਵੀ ਤੁਹਾਡਾ ਹੱਕ ਤੁਹਾਨੂੰ ਦੇਵਾਂਗੇ। ਅਸੀਂ ਇਹਨਾਂ ਦਾ ਉਹ ਹੱਕ ਇਹਨਾਂ ਨੇ ਅੱਜ ਸਾਨੂੰ ਦਿੱਤਾ, ਅਸੀਂ ਤਹਿ ਦਿਲੋਂ ਉਹਨਾਂ ਦਾ ਵਾਰ ਵਾਰ ਧੰਨਵਾਦ ਕਰਦੇ ਹਾਂ ਅਤੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਮੰਤਰੀ ਜੀ ਨੇ ਸਾਡੀ ਜ਼ਿੰਮੇਵਾਰੀ ਖੰਨਾ ਜੀ ਦੇ ਨਾਲ ਲਾਈ ਹੈ, ਟਰੱਸਟਾਂ ਦੇ ਜਿਹੜੇ ਵੀ ਕੰਮ ਹੋਣਗੇ ਉਹਨਾਂ ਨੂੰ ਅਸੀਂ ਖੰਨਾ ਜੀ ਦਾ ਵਾਹਵਾ ਬਣ ਕੇ ਉਹਨਾਂ ਨੂੰ ਪੂਰਾ ਕਰਾਵਾਂਗੇ ਅਤੇ ਇਮਾਨਦਾਰੀ ਨਾਲ ਇਹ ਸਾਰੀਆਂ ਸਕੀਮਾਂ ਨੂੰ ਨੇਪਰੇ ਚੜਾਵਾਂਗੇ। ਮੰਤਰੀ ਸਾਧੂ ਸਿੰਘ ਧਰਮਸੋਤ ਜੀ ਦਾ ਬਹੁਤ ਧੰਨਵਾਦੀ ਹਾਂ, ਸੈਂਟੀ ਮਿੱਤਲ ਜੀ ਦਾ ਅਤੇ ਬਾਤਰ ਜੀ ਦਾ, ਚਰਨਜੀਤ ਬਾਤਰ ਜੀ ਦਾ, ਜਿਨ੍ਹਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੈਨੂੰ ਇਹ ਸੀਟ 'ਤੇ ਲਾਵਾਂਗੇ, ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਅਤੇ ਜੋ ਵੀ ਸਾਨੂੰ ਮੰਤਰੀ ਸਾਹਿਬ ਦਾ ਹੁਕਮ ਆ ਮੈਂਬਰ ਲਾਉਣ ਦਾ, ਉਹ ਅਸੀਂ ਇਮਾਨਦਾਰੀ ਨਾਲ ਨਿਭਾਵਾਂਗੇ ਅਤੇ ਵਫਾਦਾਰੀ ਨਾਲ ਕੰਮ। ਸਰਦਾਰ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ, ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਇੰਪਰੂਵਮੈਂਟ ਟਰੱਸਟ ਮੈਂਬਰ ਲਾ ਕੇ ਨਿਯੁਕਤ ਕੀਤਾ, ਔਰ ਮੰਤਰੀ ਸਾਹਿਬ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ, ਸਾਡੇ ਖੰਨਾ ਜੀ ਚੇਅਰਮੈਨ ਸਾਹਿਬ ਨੂੰ, ਉਹਨਾਂ ਦੇ ਨਾਲ ਅਸੀਂ ਮਿਲ ਕੇ ਨਾਭਾ ਦੀ ਡਿਵੈਲਪਮੈਂਟ ਲਈ ਅਸੀਂ ਨਾਲ ਮਿਲ ਕੇ ਸਾਰੇ ਕੰਮ ਕਰਾਂਗੇ। ਆਵਾਜ਼ੀ ਕੌਮ TV ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।